सत श्री अकाल जी, बीबत्ती नवा शहर देख रहे हो। मैं दिनेश सूरी और इस समय बंगा रोड से मौजूद हैं जी। और इतने एक हादसा वापरिया, भयानक हादसा वापरिया। तुम गड्डी देख सकते हो, पंजाब गवर्नमेंट की गड्डी, ये अगे लिखे हुआ जी पंजाब गवर्नमेंट और एक्साइज एंड टैक्सेशन डिपार्टमेंट की गड्डी है, पंजाब सरकार की गड्डी है, PB B21TR9978B। और पिछे एक होर गड्डी नुकसानी गई है जी, PB07BG03633। अगे नंबर होर भी है लेकिन, और इस मोटरसाइकिल भी इन्हों की चपेट में आ गया। किवें हादसा वापरिया इतने बाई जी मौजूद से जोड़े हुणी पुलिस प्रशासन को भी दस रहे अपना वर्जन दे रहे थे चश्मदीत ने इतने भाई जी। एक मिनट प्लीज़ आ जाओ, एक किवें हादसा किवें वापरिया जी? भाजी इतने ना साढ़े मोहरे एक समोसा रेहड़ी लगाना मुंडा, ठीक है जी। आह मुंडा है जी अपना कमलेश, दोनों के सामने। हाँ जी हाँ जी, अपने जिते इंडिका कार खड़ी साड़ी, ये मोहरे भाजी पोल के नाल भाजी समोसा रेहड़ी लाँगा, ठीक है जी। रेहड़ी के उत्ते मुंडा भाजी आ मोटरसाइकिल वाला अपने समोसे लै रहा, ये कोलों ठीक है जी। साइड से भाजी चिट्टी जी कच्चे के खड़ा जी, इटा वाली सड़क के उत्ते भाजी, वो पक्की तो दूर है कि इटा वाली सड़क के उत्ते भाजी खड़ा खड़ा से, तो मोटरसाइकिल मुंडा लै रही उधर बहुत तेज फुल स्पीड से कार आई है जी। कि है जी? ਇਹ ਸਵਿਫਟ ਕਾਰ ਹੈ, ਇਹ ਮੇਰੀ ਨੰਬਰ, ਠੀਕ ਹੈ ਜੀ। ਨੰਬਰ ਹੈਗਾ ਜੀ PB B21TR9978B, ਟੈਂਪਰੇਰੀ ਨੰਬਰ ਹੈ ਨਾ? ਟੈਂਪਰੇਰੀ ਨੰਬਰ ਹੈ ਜੀ, ਠੀਕ ਹੈ ਜੀ। ਇਹ ਆਈ ਹੈ ਕਾਰ ਤੇ ਇਧਰੋਂ ਆਉਂਦੇ ਸਾਰੇ ਹੀ ਇਸ ਕਾਰ ਨੇ ਮੋਟਰਸਾਈਕਲ ਵਾਲਿਆਂ ਨੂੰ ਵਿੱਚ ਰੇਟ ਕੀਤਾ, ਨਾਲ ਰੇਹੜੀ 'ਚ ਵੱਜੀ ਹੈ ਜੀ। ਅੱਛਾ, ਉਹ ਰੇਹੜੀ ਉਹ ਕਾਰ ਇੰਡੀਕਾ 'ਚ ਵੱਜੀ ਹੈ ਜੀ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹੀ ਕਾਰ ਸਵਿਫਟ ਇਹ ਸਿੱਧੇ ਵਾਲੀ ਅੱਗੇ ਸਵਿਫਟ ਦੇ ਆਪਣੇ ਇਟੀਓਸ ਦੇ ਬੈਕ ਸਾਈਡ ਦੇ ਉੱਤੇ ਅੱਗੇ ਲੱਗੀ ਸਵਿਫਟ, ਠੀਕ ਹੈ ਜੀ। ਇਹ ਕਾਰ ਸਿੱਧੀ ਖੜੀ ਸੀ ਉਹਦੇ ਨਾਲ, ਅਤੇ ਵੱਜਣ ਦੇ ਨਾਲ ਗੋਲ ਘੁੰਮ ਗਈ ਜੀ। ਅੱਛਾ, ਵੱਜਣ ਨਾਲ ਗੋਲ ਘੁੰਮ ਗਈ, ਮਤਲਬ ਸਪੀਡ ਕਿੰਨੀ ਜ਼ਿਆਦਾ ਹੋਏਗੀ? ਸਪੀਡ ਦੇ ਮੇਰੇ ਹਿਸਾਬ ਨਾਲ 120-130 ਤੋਂ ਥੱਲੇ ਨਹੀਂ ਸੀ, ਹੈ 120-130 ਦੇ। ਸਰਕਾਰੀ ਗੱਡੀ ਹੈ, ਸਪੀਡ ਦੇਖੋ ਸ਼ਹਿਰ ਦੇ ਅੰਦਰ 120 ਹੈ, 120-130 ਦੀ ਕਰਦਾ ਰਹੀ ਭਾਜੀ। ਪਹਿਲਾਂ ਇਹਦੇ ਵਿੱਚ ਵੱਜੀ ਹੈ, ਇਸ ਤੋਂ ਬਾਅਦ ਦੇ ਵਿੱਚ ਇੱਥੇ ਗੱਡੀ ਮੂਹਰੇ ਕੀਆ ਦੀ ਖੜੀ ਸੀ ਸੈਲਟੋਸ, ਉਹਦੇ ਪਿੱਛੇ ਵੱਜੀ ਹੈ ਜੀ। ਹੁਣ ਉਹਦੇ ਵਿੱਚ ਇਹ ਮੁੰਡੇ ਨੂੰ, ਮੁੰਡਾ ਜਿਹੜਾ ਸੀ ਉਹ ਹੋਸ਼ ਵਿੱਚ ਨਹੀਂ ਸੀਗਾ ਮੋਟਰਸਾਈਕਲ ਵਾਲਾ। ਅੱਛਾ, ਮੁੰਡੇ ਦੀ ਜ਼ਿਆਦਾ ਹਾਲਤ ਬਹੁਤ ਜ਼ਿਆਦਾ ਸੀਰੀਅਸ ਸੀ, ਉਹ ਉਸ ਗੱਡੀ ਦੇ ਵਿੱਚ ਪਾ ਕੇ ਲੈ ਕੇ ਤੇ ਮੁੰਡੇ ਹਸਪੀਟਲ ਲੈ ਕੇ ਗਏ ਆ ਉਹਨੂੰ। ਐਂਬੂਲੈਂਸ ਲੱਗ ਗਈ ਕਿ ਕਿਸ ਚੀਜ਼? ਆਪਣੀ ਉਹ ਸੈਲਟੋਸ ਖੜੀ ਸੀ ਇੱਥੇ, ਬੰਦੇ ਦੀ ਕਸਟਮਰ ਦੀ, ਕਿਸੇ ਕਸਟਮਰ ਦੀ ਖੜੀ ਸੀ ਬਾਹਰ, ਤਾਂ ਉਹਦੇ ਵਿੱਚ ਪਾ ਕੇ ਮੁੰਡੇ ਨੂੰ ਨਾਲ ਲੈ ਕੇ ਉੱਥੇ ਹਸਪੀਟਲ ਗਏ ਆ ਜੀ। ਮੁੰਡਾ ਜ਼ਿਆਦਾ ਸੀਰੀਅਸ ਤਾਂ ਨਹੀਂ? ਮੁੰਡਾ ਜ਼ਿਆਦਾ ਸੀਰੀਅਸ ਹੈ ਜੀ। ਸੱਟ ਚੋਟ ਕਿੱਥੇ ਲੱਗੀ? ਸੱਟ ਚੋਟ ਤਾਂ ਕਾਫੀ ਸੀ ਪਰ ਬੋਲ ਨਹੀਂ ਸੀ ਰਿਹਾ ਮੁੰਡਾ, ਅਨਕੌਂਸ਼ੀਅਸ ਹੋ ਗਿਆ। ਅਨਕੌਂਸ਼ੀਅਸ ਸੀ, ਸੱਟ ਸਿਰ ਤੇ ਸੱਟ ਜ਼ਿਆਦਾ ਸੀ, ਸਿਰ ਤੇ ਸੱਟ ਜ਼ਿਆਦਾ ਸੀ। ਹਾਂਜੀ, ਅਤੇ ਕਿਹੜੇ ਹਸਪੀਟਲ ਲੱਗੀ ਗਿਆ ਜੀ ਉਹਨੂੰ? ਸਿਵਲ ਹਸਪੀਟਲ। ਸਿਵਲ ਹਸਪੀਟਲ ਕੁਛ ਪਤਾ ਲੱਗਿਆ ਕਿ ਮੁੰਡਾ ਕਿਹੜੇ ਪਿੰਡ ਤੋਂ ਹੈ? ਮੁੰਡਾ ਜੀ ਹੁਣ ਇੱਦਾਂ ਦੇ ਭਾਜੀ ਅਪਰੋਕਸੀਮੇਟ ਨਹੀਂ ਸਾਨੂੰ ਪਤਾ ਲੱਗਾ, ਲੇਕਿਨ ਗੜਸ਼ੰਕਰ ਰੋਡ 'ਤੇ ਕੋਈ ਮੁੰਡਾ ਇੱਕ ਢਾਂਚੇ ਬਣਾਉਂਦਾ ਜੀ, ਸੋਫਿਆਂ ਦੇ, ਉਹਨਾਂ ਦਾ ਕੋਈ ਲੱਗ ਰਿਹਾ ਜੀ ਵਰਕਰ ਜਾਂ ਕਿਸ ਤਰ੍ਹਾਂ ਵੀ। ਮੈਂ ਉਹੀ ਕਹਿੰਦਾ ਇੱਕ ਵਾਰੀ ਮੋਟਰਸਾਈਕਲ ਦਾ ਨੰਬਰ ਦਿਖਾ ਦਿੰਦੇ ਜੀ, PB32M7794। ਤਾਂ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਪਲੀਜ਼ ਅਗਰ ਤੁਸੀਂ ਇਸ ਨੌਜਵਾਨ ਨੂੰ ਜਾਣਦੇ ਹੋ ਘਰ ਤੱਕ ਖਬਰ ਪਹੁੰਚਾ ਦਿਓ, ਔਰ ਅੱਗੇ ਆ ਕੇ ਇਸ ਨੌਜਵਾਨ ਦੀ ਮਦਦ ਕਰਨੀ ਚਾਹੀਦੀ ਹੈ। ਸੱਟ ਜ਼ਿਆਦਾ ਲੱਗੀ ਹੈ, ਸਥਿਤੀ ਗੰਭੀਰ ਹੈ, ਚਿੰਤਾਜਨਕ ਸਥਿਤੀ ਹੈ। ਦੱਸਿਆ ਕਿ ਸਿਰ 'ਤੇ ਵੀ ਸੱਟ ਲੱਗੀ ਹੋਈ ਹੈ। ਬਾਕੀ ਆ ਗੱਡੀ ਵਾਲੇ ਕਿੱਥੋਂ ਗਏ ਜੀ ਹੁਣ? ਗੱਡੀ ਵਾਲੇ ਵੀ ਨਾਲੇ ਅਸੀਂ ਬਿਠਾਲ ਕੇ ਭੇਜਿਆ। ਅੱਛਾ, ਉਹਨਾਂ ਦੀ ਵੀ ਸੱਟ ਚੋਟ ਲੱਗੀ? ਨਹੀਂ, ਉਹਨਾਂ ਦੇ ਕੋਈ ਸੱਟ ਚੋਟ ਨਹੀਂ ਲੱਗੀ ਹੈਗੀ। ਤੁਸੀਂ ਕਿ ਹਸਪੀਟਲ ਵਿੱਚ ਨਾਲ ਜਾਓ, ਮੈਡੀਸਨ ਤਾਂ ਉਹਨੂੰ ਲੈ ਕੇ ਦਿਓ ਪਹਿਲਾਂ। ਫਸਟ ਏਡ ਦਾ ਜ਼ਰੂਰੀ ਹੈ ਨਾ? ਉਹ ਗਏ ਉਹ ਤਾਂ ਵੈਸੇ ਅਨਕੌਂਸ਼ੀਅਸ ਸੀ ਮੁੰਡਾ। ਮੁੰਡਾ ਜੀ ਹਾਂਜੀ, ਮੁੰਡਾ ਬਹੁਤ ਤੇਜ਼ ਆ ਰਿਹਾ ਸੀਗਾ ਜੀ। ਨਹੀਂ, ਜਿਹੜਾ ਮੋਟਰਸਾਈਕਲ ਉਹਨੂੰ ਨਹੀਂ ਸੀਗਾ, ਹੋਸ਼ 'ਚ ਨਹੀਂ ਸੀਗਾ ਜੀ ਮੁੰਡਾ। ਪੂਰੇ ਸੱਟ ਜ਼ਿਆਦਾ, ਇਸ ਕਾਰ 'ਚ ਤਾਂ ਨਹੀਂ ਕੋਈ ਬੈਠਾ ਸੀ? ਨਹੀਂ, ਇਹ ਕਾਰ ਖੜੀ ਸੀ, ਪਾਰਕ ਕੀਤੀ ਸੀ ਉਹ ਇੰਡੀਕਾ ਦੇ ਨਾਲ ਪਾਰਕ ਸੀਗੀ ਜੀ। ਸਾਡੇ ਕੋਲ ਸੀਸੀਟੀਵੀ ਫੁਟੇਜ਼ ਹੈਗੀਆਂ ਦੀਆਂ, ਤੇ ਉਹ ਪਾਰਕ ਕੀਤੀ ਸੀਗੀ। ਉੱਥੋਂ ਜਦ ਵੱਜਣ ਦੇ ਨਾਲ ਹੀ ਗੋਲ ਘੁੰਮ ਗਏ ਜੀ। ਇੱਧਰ ਆ ਦੇਖੋ, ਗਮਲੇ ਪਏ ਹੋਏ ਆ ਜੀ ਉਹਨਾਂ ਦੇ, ਅਜੀਆਂ ਦੇ ਨਾਲ ਗਮਲੇ ਪਏ ਹੋਏ ਆ ਜੀ। ਵੀਰੇ ਉਹ ਦਿਖਾ ਦਿਓ ਗੱਡੀ ਜਿਹੜੀ ਇਟੀਓਸ ਦੇ ਪਿੱਛੇ ਆ ਕੇ ਵੱਜੀ ਆ, ਇੰਨੀ ਜ਼ੋਰ ਦੀ ਵੱਜੀ ਆ ਕਿ ਗੱਡੀ ਘੁੰਮ ਗਈ ਔਰ ਨਾਲ ਗਮਲੇ ਵੀ ਟੁੱਟ ਗਏ ਨੇ। ਤੁਸੀਂ ਇਟੀਓਸ ਦੇ ਹਾਲਾਤ ਦੇਖ ਸਕਦੇ ਹੋ ਪਿਛਲੇ। 03633 ਇਟੀਓਸ ਗੱਡੀ ਦਾ ਨੰਬਰ ਹੈ ਜੀ, ਔਰ ਇਹਦੀ ਸਥਿਤੀ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਨੁਕਸਾਨੀ ਗਈ ਹੈ। ਆਹ ਢਾਂਚਾ ਦੇਖੋ ਕਿੰਨਾ ਅੰਦਰ ਵੜ ਗਿਆ, ਕਿੰਨੀ ਸਪੀਡ ਹੈ, ਔਰ ਜਦੋਂ ਉਹ ਸਭ ਤੋਂ ਪਹਿਲਾਂ ਨੌਜਵਾਨ ਦੇ ਵਿੱਚ ਮੋਟਰਸਾਈਕਲ 'ਚ ਵੱਜੀ ਹੈ, ਤਾਂ ਉਸ ਨੌਜਵਾਨ ਬਾਰੇ ਅਗਰ ਜਦੋਂ ਸੋਚਦੇ ਹਾਂ ਤਾਂ ਚਿੰਤਾ ਜੀ ਬਣਦੀ ਹੈ। ਰੇਹੜੀ ਵਾਲੇ ਤਾਂ ਨਹੀਂ ਕੋਈ ਸੱਟ ਚੋਟ ਲੱਗੀ ਜੀ? ਨਹੀਂ, ਰੇਹੜੀ ਵਾਲੇ ਤਾਂ ਬਚਾਅ ਹੋ ਗਿਆ ਜੀ। ਰੇਹੜੀ ਵਾਲਾ ਰੇਹੜੀ ਤੋਂ ਪਿੱਛੇ ਖੜਾ ਸੀ ਜੀ, ਉਹਦੇ ਵੱਜਣ ਨਾਲ ਰੇਹੜੀ ਘੁੰਮ ਗਈ, ਇਹ ਪਿੱਛੇ ਸਾਈਡ ਦੇ ਉੱਤੇ ਸੀਗਾ ਜੀ, ਪਿੱਛੇ ਨੂੰ ਡਿੱਗ ਪਿਆ ਜੀ, ਅਤੇ ਇਹਦੇ ਬਚਾਅ ਹੋ ਗਿਆ, ਇਹਦੇ ਸੱਟ ਨਹੀਂ ਲੱਗੀ। ਅਤੇ ਕਿਉਂਕਿ ਇਹਦੇ ਤੇਲ ਪੈ ਸਕਦਾ ਸੀ ਗਰਮ ਉਸ ਵੇਲੇ, ਜਦੋਂ ਤੇਲ ਦਾ ਸੀਗਾ ਜੀ, ਠੀਕ ਹੈ ਜੀ। ਇਹ ਰੇਹੜੀ ਘੁੰਮ ਕੇ ਰੇਹੜੀ ਉਹ ਦੂਸਰੀ ਕਾਰ 'ਚ ਵੱਜੀ ਹੈ ਜੀ। ਉਸ ਤੋਂ ਬਾਅਦ ਦੇ ਵਿੱਚ ਉਹ ਮੋਟਰਸਾਈਕਲ ਵਾਲਿਆਂ ਨੂੰ ਕਿੱਕ ਹਿੱਟ ਕੀਤਾ ਜੀ ਮੋਟਰਸਾਈਕਲ ਵਾਲਾ, ਮੋਟਰਸਾਈਕਲ ਉੱਥੇ ਚਲੇ ਗਿਆ ਜੀ, ਮੁੰਡਾ ਇੱਥੇ ਅੱਡ ਗਿਆ ਜੀ, ਉੱਥੋਂ ਇੰਨੀ ਦੂਰ, ਹਾਂ 20 ਫੁੱਟ ਦੀ ਦੂਰੀ ਦੇ ਉੱਤੇ ਚੱਕ ਮਾਰਿਆ ਜੀ। ਉਸ ਕਾਰ ਫਿਰ ਦੂਸਰੀ ਕਾਰ ਖੜੀ ਦੇ ਵਿੱਚ ਇਹ 'ਚ ਵੱਜਾ ਜੀ। ਅੱਛਾ, ਓਵਰਟੇਕ ਤਾਂ ਨਹੀਂ ਕਰਦੇ ਵੈਸੇ? ਵੀ ਵੈਸੇ ਓਵਰਟੇਕ ਤਾਂ ਰਾਈਟ ਹੈਂਡ ਸਾਈਡ ਤੋਂ ਬੰਦਾ ਕਰ, ਰੋਡ ਬਿਲਕੁਲ ਖਾਲੀ ਸੀਗੀ ਜੀ।
तो मैं उपर खड़ा से उपर अपने लुक सीनियर बोर्ड के कोल उपर ठीक है जी। तो अपने पी सी आर वाले जो टाइम हो गया पूरा इन्हों का तो इस टाइम न क्लोजिंग आ जी ठीक है। तो ये सामने उल उ आ रहे बाइक के उत्ते तो इन्होंने हूटर बजाया तो मैं देखा इन्होंने भी हूटर बजा लिया भी टाइम क्लोजिंग या रेहड़ी वाले कह रहे भी जाओ बस उस जी उधर इन्नी तेज़ आया जी उसको इस मोड़ तो कंट्रोल ही नहीं हुई और आके थले आ गया जी बट साढ़े राम सिंह जी इतने मौजूद ने सारों तो जानकारी ले रहे हैं सर उन्होंने स्पष्ट किया कि नौजवान को लेकर राजा हॉस्पिटल वाल गए हैं जिन्हों गड्डी बजी है गड्डी जिन्हें मोटरसाइकिल बजी है वो आप खुद लेके उन्होंने हॉस्पिटल गए हैं सर एक बार प्लीज वेरवा दे दो जी। जो एक्सीडेंट होया आप पता लगन देते आए थे मौके से इंजर्ड होया मोटरसाइकिल वाला जी कार ने हिट किया उ उस बंद लैके उन्होंने लैके गए राजा हस्पताल उत्थे जाके देखते जो स्टेटमेंट देगा मोटरसाइकिल सवार का ब्रदर भी आ गया मौके हाँ जी आ गया नाले नहीं हुई पर यह दस रहे हैं कि अनकॉन्शियस है हूँ स्थिति तो कुछ पता लगे कहो जी मुंडे कहते बोल रहा हूँ चले अभी उत्थे जाके देखते हैं कि बनता सीसीटीवी फुटेज भी सारे तो फाइंड आउट करेंगे करा जी करा कोई मुकदमा जो कोई बिल्कुल करा हाँ जी हाँ जी चलो बहुत शुक्रिया सर तुम इतने कच देख सकते हो और आ गड्डी कितनी नुकसानी गई है बट नौजवान जिवें दसदे आ कि 15-20 फुट चक के उन्होंने मारिया एक्सीडेंट इन्ना क जोर ती होया आ गड्डी का शीशा टुटिया विजे दिखा दो ये करके कच खिल रहा होया और कार्रवाई जिहड़ा पुलिस प्रशासन कह रहे होएगी जरूर होएगी कार्रवाई पिछे मोटरसाइकिल यार पिछे कार्रवाई जरूर जिहड़ी होएगी जिवें पुलिस प्रशासन ने दस्या बट एक चीज़ ये जिहड़ी वो इंसानियत वाली लगी वो ये है कि जिन्हों की गड्डी नाल एक्सीडेंट होया वो नौजवान नू हॉस्पिटल लैके कहिंदे राजा हॉस्पिटल लैके गए ने पहले सानू पता लगे कि सिविल हॉस्पिटल लैके गए ने बट हुण सुनन च आया कि राजा हॉस्पिटल वाल उन्होंने लैके गए ने और चिंता का विषय है नंबर एक बार फिर तो विजे मोटरसाइकिल का दिखा दो क्योंकि कई वेले ऑल दो ब्रदर उन्होंने नाल है बट कई वेले अफड़ा दफड़ी जिम्मे